ਸਿਕਿਟੰਨਾ ਵਿੱਚ ਮਨੁੱਖ ਦੇ ਸਮਾਜ ਵਿੱਚ ਜਾਂ ਮਨੁੱਖ ਨਾਲ ਮਨੁੱਖ ਦੇ ਸਬੰਧਾਂ ਵਿੱਚ ਜਾਂ ਦੇਸ਼ ਨਾਲ ਦੇਸ਼ ਦੇ ਸਬੰਧਾਂ ਵਿੱਚ ਬੈਲੈਂਸ ਸੰਤੁਲਨ ਰੱਖਣ ਲਈ ਮਿੱਤਰਤਾ ਪੈਦਾ ਕਰਨ ਲਈ ਬਹੁਤ ਖੂਬਸੂਰਤ ਬਚਨ ਕੀਤੇ ਗਏ ਨੇ ਜਿਨ੍ਹਾਂ ਨਾਲ ਕਿਸੇ ਦੇ ਜਮਹੂਰੀ ਹੱਕਾਂ ਦਾ ਕੋਈ ਉਲੰਘਣ ਨਹੀਂ ਹੁੰਦਾ ਲੇਕਿਨ ਬੈਲੈਂਸ ਸੰਤੁਲਨ ਬਣਿਆ ਰਹਿੰਦਾ ਹੈ ਪ੍ਰੇਮ ਬਣਿਆ ਰਹਿੰਦਾ ਹੈ ਭੈ ਕਾਹੂ ਕੋ ਕੋ ਦੇਤਨਾ ਹੈ ਨਵੇਂ ਪੈਮਾਨਤਾਨ ਇਹ ਇਹ ਬਚਨ ਦੇਖਣ ਨੂੰ ਛੋਟੇ ਨੇ ਲੇਕਿਨ ਇਹਨਾਂ ਬਚਨਾਂ ਵਿੱਚ ਮਨੁੱਖ ਦਾ ਜੋ ਜੀਵਨ ਜਿਉਣ ਦਾ ਢੰਗ ਹੈ ਉਸ ਦੀ ਜੀਵਨ ਜਾਂਚ ਹੈ ਉਸ ਲਈ ਜੋ ਆਦੇਸ਼ ਨੇ ਸਿੱਖ ਚਿੰਤਨ ਦੇ ਉਹ ਮਹਿਸੂਸ ਕੀਤੇ ਜਾ ਸਕਦੇ ਨੇ ਤੇ ਇਹਨਾਂ ਸਾਰੀਆਂ ਸਾਰੀਆਂ ਸਿਫਤਾਂ ਦੇ ਨਾਲ ਨਾਲ ਅ ਗੁਰੂ ਸਾਹਿਬ ਕਹਿੰਦੇ ਨੇ ਕਿ ਸੋਪਤਵੰਤਾ ਜੋ ਆਪ ਪਛਾਨੀ ਅਸਲ ਵਿੱਚ ਉਹੀ ਮਨੁੱਖ ਸਿਆਣਾ ਮਨੁੱਖ ਹੈ ਉਹੀ ਮਨੁੱਖ ਚੰਗਾ ਮਨੁੱਖ ਹੈ ਉਹੀ ਸਦਾਚਾਰੀ ਮਨੁੱਖ ਹੈ ਕਿ ਪਹਿਲਾਂ ਆਪਣੇ ਆਪ ਨੂੰ ਪਛਾਣੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਸੇ ਇੱਕੋ ਧੁਰੇ ਤੋਂ ਪੈਦਾ ਹੋਇਆ ਪਰ ਇਹਦੇ ਨਾਲ ਨਾਲ ਬਾਬਾ ਫਰੀਦ ਜਿਹੜੇ ਬਚਨ ਕਰਦੇ ਨੇ ਉਹ ਵੀ ਦੇਖਣਯੋਗ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨ ਨਾ ਹੰਢਾਏ ਦੇਹੀ ਰਗ ਉਨ ਲੱਗ ਗਈ ਪੱਲੇ ਸਭ ਕੁਝ ਪਾਇ ਅਸੀਂ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਨੀਤੀਆਂ ਧਾਰਨ ਕਰ ਲੈਨੇ ਆ ਕਿ ਅਸੀਂ ਦੂਜਿਆਂ ਨੂੰ ਨੀਵਾ ਦਿਖਾਉਣ ਲਈ ਉਹਨਾਂ ਦੀ ਉਹਨਾਂ ਦੀਆਂ ਘਾਟਾਂ ਲੱਭਦੇ ਰਹਿੰਨੇ ਆ ਜਿਵੇਂ ਕਿਸੇ ਦੀ লাশ ਉੱਤੇ ਖੜੇ ਹੋ ਕੇ ਆਪਣੇ ਕਦ ਨੂੰ ਉੱਚਾ ਕਰਨ ਦੀ ਨੀਤੀ ਜਿਹੜੀ ਹੈ ਉਹ ਬਹੁਤ ਹੀ ਘਾਟਕ ਹੁੰਦੀ ਹੈ ਕਿਸੇ ਨੂੰ ਨੀਵਾ ਦਿਖਾਉਣਾ ਕਿਸੇ ਦੇ ਔਗਣ ਬਣਾਉਣੇ ਤੇ ਵਧਾਉਣੇ ਇਹ ਬਹੁਤ ਸੌਖੇ ਨੇ ਤੇ ਜਦੋਂ ਅਸੀਂ ਇਹ ਕਰਦੇ ਆ ਤਾਂ ਸਾਡਾ ਆਪਣਾ ਅੰਦਰ ਵੀ ਗਲੀਜ਼ ਹੋ ਜਾਂਦਾ ਹੈ ਪਲੀਤ ਹੋ ਜਾਂਦਾ ਹੈ ਤੋਂ ਬਾਬਾ ਫਰੀਦ ਨੇ ਇਸ ਰੂਚੀ ਨੂੰ ਤੋਂ ਬਦਲਣ ਲਈ ਬਚਣ ਲਈ ਕੀ ਕਿਹਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪਨੜੇ ਗਰੀਵਨ ਮੈਂ ਸਿਰ ਨੀ ਵਾਂ ਕਰ ਦੇਖ ਫਿਰ ਬਾਬਾ ਫਰੀਦ ਇਹ ਵੀ ਕਹਿੰਦੇ ਨੇ ਕਿ ਦੂਜਿਆਂ ਦਾ ਸੋਨਾ ਰਹਿਣ ਸਹਿਣ ਦੇਖ ਕੇ ਅਮੀਰਤ ਦੇਖ ਕੇ ਡੋਲਣਾ ਨਹੀਂ ਚਾਹੀਦਾ ਫਰੀਦਾ ਵੇਖ ਪਰਾਇ ਚੋਪੜੀ ਨਾ ਤਰਸਾਇ ਜਿਉ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀਓ ਜ਼ਿੰਦਗੀ ਤੇ ਮੌਤ ਦੇ ਸੰਕਲਪ ਨੂੰ ਸਪਸ਼ਟ ਕਰਦਿਆਂ ਹੋਇਆਂ ਬੇਮਿਸਾਲ ਬਚਨ ਗੁਰਬਾਣੀ ਵਿੱਚ ਮਿਲਦੇ ਨੇ ਜਿਨ੍ਹਾਂ ਨੂੰ ਜੇ ਅਸੀਂ ਜੀਵਨ ਵਿੱਚ ਲਾਗੂ ਕਰ ਲਈਏ ਤਾਂ ਸਾਡੇ ਸਾਹਮਣੇ ਜੀਵਨ ਦੇ ਭੇਤ ਵੀ ਬੜੇ ਸਪਸ਼ਟ ਹੋ ਜਾਂਦੇ ਨੇ ਤੇ ਮੌਤ ਤੇ ਦੁੱਖਾਂ ਦੇ ਭੇਟ ਵੀ ਬਹੁਤ ਸਪਸ਼ਟ ਹੋ ਜਾਂਦੇ ਨੇ ਜਦੋਂ ਬਾਬਾ ਫਰੀਦ ਇਹ ਕਹਿੰਦੇ ਨੇ ਕਿ ਮੈਂ ਜਾਣਿਆ ਫਰੀਦਾ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸਬਾਇਆ ਜੱਗ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅਗ ਤਾਂ ਸਪਸ਼ਟ तौर ਤੇ ਉਦਾਸਰੇ ਨੇ ਕਿ ਜੀਵਨ ਵਿੱਚ ਦੁੱਖ ਤੇ ਸੁੱਖ ਉਹਨਾਂ ਦਾ ਬੈਲੈਂਸ ਉਹਨਾਂ ਨੇ ਨਾਲ-ਨਾਲ ਚੱਲਣਾ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਈ ਮਨੁੱਖ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਤੇ ਫਿਰ ਇਹਨਾਂ ਸਾਰੇ ਸਿਲਸਿਲਿਆਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਮਨੁੱਖ ਨੂੰ ਅਕਾਲ ਪੁਰਖ ਨਾਲ ਜੁੜਨਾ ਚਾਹੀਦਾ ਹੈ ਸਾਦਗੀ ਸੰਜਮ ਪ੍ਰੇਮ ਸੇਵਾ ਇਹ ਜਿਹੜੇ ਗੁਣ ਨੇ ਸੋਹਿਰ ਦਿੱਤਾ ਇਹ ਸਾਰੇ ਗੁਣ ਨੇ ਇਹਨਾਂ ਨੂੰ ਧਾਰਨ ਕਰਨ ਦੀ ਜ਼ਰੂਰਤ ਹੈ ਇਹਨਾਂ ਗੁਣਾਂ ਨੇ ਮੁਲਕੇ ਮਿਲ ਕੇ ਮਨੁੱਖੀ ਕਿਰਦਾਰ ਦੀ ਸਿਰਜਣਾ ਕਰਨੀ ਹੁੰਦੀ ਹੈ ਇਹਨਾਂ ਦੇ ਇਹ ਇਹਨਾਂ ਦੇ ਮਿਲਣ ਨਾਲ ਜਿਹੜਾ ਕਿਰਦਾਰ ਸਾਡੇ ਸਾਹਮਣੇ ਆਉਂਦਾ ਹੈ ਉਹ ਕਿਰਦਾਰ ਫਿਰ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਕਿਸੇ ਦੇ ਅਧੀਨ ਨਾ ਕਿਸੇ ਮਨੁੱਖ ਨੂੰ ਹੋਣਾ ਪਵੇ ਐਸੇ ਮਨੁੱਖ ਹੀ ਇਹ ਕਹਿ ਸਕਦੇ ਨੇ ਜਿਨ੍ਹਾਂ ਨੇ ਬਾਕੀ ਦੇ ਸਾਰੇ ਗੁਣ ਧਾਰਨ ਕਰ ਲਏ ਤੇ ਫਿਰ ਉਹ ਕਹਿ ਸਕਦੇ ਨੇ ਕਿ ਫਰੀਦਾਬਾਰ ਪਰਾਇ ਬੈਸਣਾ ਸਾਈਂ ਮੂਝੇ ਨਾ ਦੇ ਜੇ ਤੂੰ ਇਹ ਵੇ ਰਕਸੀ ਤਾਂ ਜਿਉ ਸਰੀਰੋਂ ਲੈ ਉਹ ਗੁਰੂ ਸਾਹਿਬ ਦੇ ਜੋ ਬਚਨ ਨੇ ਉਹਨਾਂ ਨੂੰ ਔਰ ਸਿੱਖ ਚਿੰਤਨ ਦੇ ਨਾਲ ਜੋ ਜੁੜੇ ਹੋਏ ਬਚਨ ਨੇ ਉਹਨਾਂ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਸਾਨੂੰ ਮਿਲਦੀਆਂ ਨੇ ਜਿਹੜੀਆਂ ਸਾਨੂੰ ਤਰਵਾਸ ਵੀ ਦਿੰਦੀਆਂ ਨੇ ਸਾਨੂੰ ਵਿਚਾਰ ਵੀ ਦਿੰਦੀਆਂ ਨੇ ਸਾਨੂੰ ਅਗਵਾਈ ਵੀ ਦਿੰਦੀਆਂ ਨੇ ਸਾਨੂੰ ਸੇਧ ਵੀ ਦਿੰਦੀਆਂ ਨੇ ਔਰ ਸਾਨੂੰ ਰੋਸ਼ਨੀ ਦੇ ਕੇ ਐਸੀਆਂ ਅੱਖਾਂ ਸਾਡਾ ਤੀਜਾ ਨੇਤਰ ਖੋਲ ਦਿੰਦੀਆਂ ਨੇ ਜਿਹਦੇ ਕਾਰਨ ਸਾਨੂੰ ਬਾਬਾ ਕਬੀਰ ਜੀ ਦੇ ਉਹ ਬਚਨ ਜਿਹੜੇ ਵਿਖੜੇ ਤੋਂ ਵਿਖੜੇ ਸਮੇ ਵੀ ਸਾਨੂੰ ਸਹਾਰਾ ਦਿੰਦੇ ਨੇ ਉਹ ਸਹਾਈ ਹੁੰਦੇ ਨੇ